ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਬਾਰੇ। ਅੱਜ ਤੋਂ 13-14 ਵਰੇ ਪਹਿਲਾਂ ਮੈਨੂੰ ਕਨੇਡਾ ਜਾਣ ਦਾ ਸਬੱਬ ਮਿਲਿਆ ਬਣਿਆ ਤਾਂ ਉੱਥੇ ਮੇਰੀ ਰੇਡੀਓ ਟਾਕ ਦੇ ਉੱਪਰ ਕਿਸੇ ਵਿਅਕਤੀ ਨੇ ਮੈਨੂੰ ਸਵਾਲ ਕੀਤਾ ਕਿ ਬਾਬਾ ਦੀਪ ਸਿੰਘ ਸਿਰ ਵੱਢੇ ਤੋਂ 8 ਕਿਲੋਮੀਟਰ ਤੱਕ ਕਿਵੇਂ ਲੜਦੇ ਗਏ। ਦੋਸਤੋ ਮੈਂ ਜੋ ਕੁਝ ਦੱਸਿਆ ਉਹ ਬਿਲਕੁਲ ਹੂਬਹੂ ਤੁਹਾਨੂੰ ਦੱਸ ਰਿਹਾ ਕਿ ਮੈਂ ਕਿਹਾ ਬਾਬਾ ਦੀਪ ਸਿੰਘ ਜੀ ਬਹੁਤ ਬਹਾਦਰ ਵਿਅਕਤੀ ਸੀ, ਜ਼ੁਲਮ ਦੇ ਖਿਲਾਫ਼ ਉਹ ਡਟ ਕੇ ਲੜੇ ਨੇ, ਇਸ ਗੱਲ ਵਿੱਚ ਕੋਈ ਰੌਲਾ ਨਹੀਂ। ਪਰ ਹਿਊਮਨ ਬੋਡੀ ਦੇ ਵਿੱਚ ਜਿਹੜੇ ਨਿਊਰੋਨਸ ਹੁੰਦੇ ਨੇ ਉਹ ਸਾਡੇ ਹੈੱਡ ਦੇ ਵਿੱਚ ਹੁੰਦੇ ਨੇ, ਸਾਡਾ ਬ੍ਰੇਨ ਸਾਡੇ ਹੈੱਡ ਦੇ ਵਿੱਚ ਹੁੰਦਾ। ਹੁਣ ਜਿਹੜਾ ਸਾਡੇ ਸਾਰੇ ਬੋਡੀ ਨੂੰ ਕੰਟਰੋਲ ਕਰਦਾ, ਜੇ ਹੁਣ ਸਾਡਾ ਕੰਟਰੋਲਿੰਗ ਸਿਸਟਮ ਅਲੱਗ ਹੋ ਜਾਂਦਾ ਸਾਡੇ ਸਰੀਰ ਨਾਲੋਂ, ਹਾਓ ਵਿਲ ਬੀ ਆਵਰ ਬੋਡੀ ਕੰਟਰੋਲਡ, ਸਾਡਾ ਸਰੀਰ ਕਿਵੇਂ ਕੰਟਰੋਲ ਹੋਊਗਾ। ਇਸ ਲਈ ਮੈਂ ਬਾਬਾ ਦੀਪ ਸਿੰਘ ਜੀ ਦੇ ਸਿਰ ਵੱਢੇ ਤੋਂ 8 ਤਲੀ 'ਤੇ ਰੱਖ ਕੇ ਜਲੇ ਜਾਣ 'ਤੇ 8 ਮੀਲ ਦੀ ਦੂਰੀ ਤੈਅ ਕਰਨ ਦੇ ਗੱਲ ਨਾਲ ਸਹਿਮਤ ਨਹੀਂ ਹਾਂ, ਇਹ ਗੱਲ ਅਸੰਭਵ ਹੈ। ਅਤੇ ਉਸ ਸਮੇਂ ਉੱਥੇ ਬਹੁਤ ਵੱਡਾ ਰੌਲਾ ਪਿਆ, ਕੁਝ ਗੁਰਦੁਆਰਿਆਂ ਦੇ ਮੁਖੀ ਸੀ ਜਿਹੜੇ, ਉਹਨਾਂ ਨੇ ਇਸ ਗੱਲ ਨੂੰ ਫੈਲਾਉਣਾ ਵਧਾਉਣਾ ਸ਼ੁਰੂ ਕਰ ਦਿੱਤਾ, ਲੋਕਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਰ 2 ਕੁ ਦਿਨਾਂ ਦੇ ਬਾਅਦ ਗੁਰਦੁਆਰਿਆਂ ਵਾਲਿਆਂ ਦੀ ਆਫਰ ਆਈ ਕਿ ਤੁਸੀਂ ਸਾਡੇ ਕੋਲ ਆਓ। ਅਸੀਂ ਆਖਿਆ ਵੀ ਕਿਸੇ ਸਾਂਝੀ ਥਾਂ ਦੇ ਉੱਪਰ ਇਕੱਠੇ ਹੋ ਜਾਂਦੇ ਹਾਂ ਅਤੇ ਬੰਦੇ ਨਿਸ਼ਚਿਤ ਕਰ ਲਓ, 4 ਕੁ ਬੰਦੇ ਤੁਹਾਡੇ ਹੋ ਜਾਣ, 4 ਕੁ ਬੰਦੇ ਸਾਡੇ ਹੋ ਜਾਣ। ਉਹ ਆ ਗਏ, 4-4 ਬੰਦੇ ਤੈਅ ਕਰ ਲਏ ਤਾਂ ਆਉਣ ਸਾਰ ਕਹਿਣ ਲੱਗੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤਾਂ ਆਪ ਬਹੁਤ ਵੱਡੇ ਵਿਗਿਆਨਿਕ ਸੀ। ਤਾਂ ਸਾਡੀ ਸੁਸਾਇਟੀ ਦੇ ਮੈਂਬਰ ਕਹਿਣ ਲੱਗੇ, ਫਿਰ ਮੇਘਰਾਜ ਮਿੱਤਰ ਜੀ ਨੇ ਕਿਹੜੀ ਗੈਰ ਵਿਗਿਆਨਕ ਗੱਲ ਕੀਤੀ ਹੈ, ਗੱਲ ਕੀ? ਉੱਥੇ ਫੈਸਲਾ ਹੋਇਆ ਕਿ ਮੇਘਰਾਜ ਮਿੱਤਰ ਜੀ ਕਿਸੇ ਵੀ ਅੱਗੇ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਜਾਣਾ ਉਹਨਾਂ ਨੇ, ਅਤੇ ਉਹ ਕਿਸੇ ਵੀ ਥਾਂ ਦੇ ਉੱਪਰ ਬਾਬਾ ਦੀਪ ਸਿੰਘ ਬਾਰੇ ਕੋਈ ਗੱਲ ਨਹੀਂ ਕਰਨਗੇ। ਪਰ ਉੱਥੇ ਹੀ ਗੱਲ ਇਹ ਵੀ ਸਪਸ਼ਟ ਹੋ ਗਈ ਕਿ ਕੋਈ ਜੇ ਸਵਾਲ ਪੁੱਛੂਗਾ ਤਾਂ ਉਹਨਾਂ ਨੂੰ ਜਵਾਬ ਦੇਣਾ ਪਊਗਾ ਅਤੇ ਜਵਾਬ ਉਹਨਾਂ ਦਾ ਇਹੀ ਹੋਊਗਾ। ਅਤੇ ਇਸ ਗੱਲ ਦੇ ਉੱਪਰ ਗੱਲ ਖਤਮ ਹੋ ਗਈ। ਅਤੇ ਉਦੋਂ ਬਾਅਦ ਮੈਂ ਗਿਆ ਅਤੇ ਬਹੁਤ ਸਾਰੇ ਥਾਵਾਂ ਦੇ ਉੱਪਰ ਲੋਕਾਂ ਨੇ ਸਵਾਲ ਕੀਤੇ ਉਸ ਤੋਂ ਬਾਅਦ ਵੀ, ਅਤੇ ਮੇਰਾ ਜਵਾਬ ਇਹੀ ਸੀ। ਮੈਂ ਉਹਨਾਂ ਨਾਲ ਉੱਥੇ ਵਾਅਦਾ ਵੀ ਕਰਕੇ ਆਇਆ ਸੀ ਕਿ ਇਹਦੇ ਬਾਰੇ ਜਿਹੜੇ ਇਤਿਹਾਸਿਕ ਤੱਥ ਨੇ ਬਾਬਾ ਦੀਪ ਸਿੰਘ ਜੀ ਬਾਰੇ ਉਹ ਵੀ ਸਪਸ਼ਟ ਕਰੂੰਗਾ। ਮੈਂ ਇੱਥੇ ਆ ਕੇ ਕਿਤਾਬਾਂ ਫਰੋਲੀਆਂ ਤਾਂ ਮੈਨੂੰ ਪੰਜਾਬੀ ਪਬਲੀਕੇਸ਼ਨ ਬਿਊਰੋ ਦੀ ਛਾਪੀ ਹੋਈ ਕਿਤਾਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਨੇ ਕਿਤਾਬ ਛਾਪੀ ਹੋਈ ਸਿੱਖ ਇਤਿਹਾਸ ਬਾਰੇ, ਉਹਦੇ ਵਿੱਚ ਲਿਖਿਆ ਹੋਇਆ ਕਿ ਬਾਬਾ ਦੀਪ ਸਿੰਘ ਬਹੁਤ ਬਹਾਦਰ ਵਿਅਕਤੀ ਸੀ। ਉਹ ਜਦੋਂ ਹਰਿਮੰਦਰ ਸਾਹਿਬ ਦੇ ਉੱਪਰ ਜਮਾਈ ਖਾਂ ਨੇ ਹਮਲਾ ਕੀਤਾ ਤਾਂ ਉਹਦਾ ਬਦਲਾ ਲੈਣ ਲਈ ਕੁਝ ਸਿੱਖਾਂ ਨੂੰ ਨਾਲ ਲੈ ਕੇ ਉੱਥੇ ਨੂੰ ਚੱਲ ਪਏ ਅਤੇ 5000 ਸਿੱਖ ਹੈ ਜਿਹੜੇ ਤਰਨ ਤਾਰਨ ਪਹੁੰਚਦੇ ਤੱਕ ਹੋ ਗਏ। ਗੌਹਰਵਾਲ ਵਿਖੇ ਲੜਾਈ ਹੋਈ, ਉਸ ਲੜਾਈ 'ਚ ਬਾਬਾ ਦੀਪ ਸਿੰਘ ਨੂੰ ਮਾਰੂ ਜ਼ਖਮ ਲੱਗ ਗਿਆ। ਉਹਨਾਂ ਨੇ ਉਸ ਮਾਰੂ ਜ਼ਖਮ ਦੇ ਉੱਪਰ ਹੱਥ ਰੱਖਿਆ ਅਤੇ ਉਹ ਯਾਨੀ ਕਿ ਲੜਦੇ ਗਏ। ਹਰਿਮੰਦਰ ਸਾਹਿਬ ਪਹੁੰਚ ਕੇ ਉਹਨਾਂ ਨੇ ਆਪਣੇ ਸਾਹ ਜਿਹੜੇ ਤਿਆਗ ਦਿੱਤੇ। ਇਹ ਦੋਸਤੋ ਇਸ ਗੱਲ ਨਾਲ ਸਾਡੀ ਸਹਿਮਤੀ ਹੈ, ਮਾਰੂ ਜ਼ਖਮ ਲੱਗ ਸਕਦਾ, ਮਾਰੂ ਜ਼ਖਮ ਦੇ ਉੱਪਰ ਹੱਥ ਰੱਖ ਕੇ ਕੋਈ ਵੀ ਜਾ ਸਕਦਾ ਹੈ। ਇਹ ਕਿਤਾਬ ਸੀ ਜਿਹੜੀ ਪ੍ਰਿੰਸੀਪਲ ਗੰਡਾ ਸਿੰਘ ਅਤੇ ਪ੍ਰਿੰਸੀਪਲ ਤੇਜਾ ਸਿੰਘ ਦੀ ਲਿਖੀ ਹੋਈ ਸੀ ਅਤੇ ਦੋਨੇ ਬਹੁਤ ਵਿਦਵਾਨ ਸੀ, ਸਾਡੇ ਸਮਾਜ ਦੇ ਵਿੱਚ ਗਿਣੇ ਗਏ ਨੇ। ਇਸ ਤਰ੍ਹਾਂ ਯਾਨੀ ਕਿ ਬਾਬਾ ਦੀਪ ਸਿੰਘ ਬਾਰੇ ਗੱਲਬਾਤ ਹੋਈ ਅਤੇ ਇਹ ਗੱਲਬਾਤ ਲਗਾਤਾਰ ਚੱਲਦੀ ਰਹੀ ਹੈ। ਅੱਜ ਵੀ ਸਾਡੇ ਬਹੁਤ ਸਾਰੇ ਵਿਦਵਾਨ ਅਜਿਹੇ ਨੇ, ਕਿਉਂਕਿ ਇਹ ਘਟਨਾ ਕਿਵੇਂ ਵਾਪਰੀ, ਐਕਚੁਅਲੀ ਕੀ ਹੈ
ਵੀ ਕਿਸੇ ਚਿੱਤਰਕਾਰ ਨੇ ਬਾਬਾ ਦੀਪ ਸਿੰਘ ਦੀ ਬਹਾਦਰੀ ਨੂੰ ਚਿੱਤਰ ਕਰਦਾ ਹੋਇਆ ਇੱਕ ਚਿੱਤਰ ਬਣਾਇਆ ਜਿਸ ਦੇ ਉੱਪਰ ਉਹਨੇ ਸਿਰ ਤਲੀ ਦੇ ਉੱਪਰ ਰੱਖਿਆ ਹੋਇਆ ਦਿਖਾ ਦਿੱਤਾ। ਕਿਉਂਕਿ ਆਮ ਤੌਰ 'ਤੇ ਜਿਹੜਾ ਬਹਾਦਰੀ ਨਾਲ ਲੜਦਾ ਉਹਦੇ ਬਾਰੇ ਕਿਹਾ ਜਾਂਦਾ ਉਹ ਸਿਰ ਤਲੀ ਦੇ ਉੱਪਰ ਰੱਖ ਕੇ ਲੜਿਆ ਅਤੇ ਲੋਕਾਂ ਨੇ ਆਮ ਸਧਾਰਨ ਲੋਕ ਹੁੰਦੇ ਨੇ ਉਹਨਾਂ ਨੇ ਇਸ ਗੱਲ ਨੂੰ ਹਕੀਕਤ ਮੰਨ ਲਿਆ। ਹਕੀਕਤ ਇਹ ਨਹੀਂ ਸੀ ਜਿਹੜੀ ਚਿੱਤਰ ਵਿੱਚ ਦਿਖਾਈ ਗਈ ਹੈ। ਆਮ ਤੌਰ 'ਤੇ ਇਹ ਮੁਹਾਵਰਾ ਉਹਨਾਂ ਵਿਅਕਤੀਆਂ ਲਈ ਵਰਤਿਆ ਜਾਂਦਾ ਜਿਹੜੇ ਬਹੁਤ ਬਹਾਦਰੀ ਨਾਲ ਲੜਦੇ ਨੇ। ਬਾਬਾ ਦੀਪ ਸਿੰਘ ਜੀ ਵੀ ਬਹਾਦਰ ਬਹੁਤ ਬਹਾਦਰ ਵਿਅਕਤੀ ਸੀ ਜਿਨ੍ਹਾਂ ਦੇ ਵਿੱਚ ਹੌਂਸਲਾ ਸੀ ਜਿਹੜੇ ਲੜੇ। ਇਸ ਕਰਕੇ ਸਾਡੇ ਸਿੱਖ ਗੁਰੂਆਂ ਨੇ ਤਾਂ ਲੋਕਾਂ ਨੂੰ ਅੰਧ ਵਿਸ਼ਵਾਸਾਂ ਵਿੱਚੋਂ ਬਹੁਤ ਸਾਰੇ ਅੰਧ ਵਿਸ਼ਵਾਸਾਂ ਵਿੱਚੋਂ ਕੱਢਣ ਦਾ ਯਤਨ ਕੀਤਾ। ਪਰ ਅੱਜ ਦੇ ਜਿਹੜੇ ਯਾਨੀ ਕਿ ਲੋਕ ਉਹਨਾਂ ਨੇ ਧੰਦਾ ਬਣਾ ਲਿਆ ਇਸ ਗੱਲ ਨੂੰ ਅਤੇ ਉਹ ਇਹਦੇ 'ਚ ਅੰਧ ਵਿਸ਼ਵਾਸ ਵੱਧ ਤੋਂ ਵੱਧ ਫੈਲਾ ਰਹੇ ਨੇ। ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਇਹ ਗੱਲ ਤਿਆਗ ਦੇਣੀ ਚਾਹੀਦੀ ਹੈ ਕਿ ਕਿਸੇ ਵੀ ਵਿਅਕਤੀ ਵਿੱਚ ਕੋਈ ਚਮਤਕਾਰੀ ਸ਼ਕਤੀ ਹੋ ਸਕਦੀ ਹੈ ਨਾ ਹੋ ਸਕੀ ਹੈ। ਸਾਡੀ ਸੋਸਾਇਟੀ ਜਿਹੜੀ ਕਰੋੜਾਂ ਰੁਪਈਏ ਦੇ ਨਾਮ ਚਮਤਕਾਰੀ ਸ਼ਕਤੀ ਦੇ ਦਾਅਵੇਦਾਰਾਂ ਲਈ ਫਿਰਦੀ ਹੈ। ਇਸ ਕਰਕੇ ਦੋਸਤੋ ਇਸ ਗੱਲ ਨੂੰ ਜ਼ਰੂਰ ਵਿੱਚ ਧਿਆਨ ਰੱਖੋ। ਧੰਨਵਾਦ ਧੰਨਵਾਦ।